ਹਾਂਜੀ, ਇਸ ਵੀਡੀਓ ਵਿੱਚ ਮੈਂ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਤੁਹਾਨੂੰ ਦੱਸਾਂਗਾ ਕਿ ਕਿਵੇਂ ਪੀਐਸਟੈਟ 2024 ਨੂੰ ਬਹੁਤ ਵਧੀਆ ਨੰਬਰਾਂ ਨਾਲ ਕਲੀਅਰ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਕਿਸੇ ਵੀ ਕੋਚਿੰਗ ਤੇ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਪੀਐਸਟੈਟ 2024 ਦੀ ਤਿਆਰੀ ਲਈ ਬੈਸਟ ਫ੍ਰੀ ਵੀਡੀਓ ਸਾਨੂੰ ਕਿੱਥੋਂ ਮਿਲਣਗੀਆਂ ਅਤੇ ਕਿਹੜੀਆਂ ਕਿਹੜੀਆਂ ਬੁੱਕਸ ਸਾਨੂੰ ਪੜ੍ਹਨੀਆਂ ਚਾਹੀਦੀਆਂ ਹਨ, ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਅੱਜ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਚਾਹੇ ਪੇਪਰ 1 ਹੋਵੇ ਜਾਂ 2 ਹੋਵੇ, ਤਿੰਨ ਸਬਜੈਕਟ ਹਮੇਸ਼ਾ ਕਾਮਨ ਹਨ: CDP, ਸਾਈਕੋਲੋਜੀ, ਪੰਜਾਬੀ ਅਤੇ ਇੰਗਲਿਸ਼। CDP ਆਪਾਂ ਨੂੰ ਪੇਪਰ 1 ਲਈ ਵੀ 30 ਨੰਬਰ ਦੀ ਆਵੇਗੀ ਅਤੇ ਪੇਪਰ 2 ਲਈ ਵੀ 30 ਮਾਰਕਸ ਦੀ ਹੋਵੇਗੀ। ਪੇਪਰ 1 ਜੋ ਆਪਣਾ ਹੁੰਦਾ ਹੈ ਉਹ ਜੀ ETT ਲਈ ਹੋਏਗਾ ਅਤੇ ਪੇਪਰ 2 ਆਪਣਾ ਹੁੰਦਾ ਹੈ ਮਾਸਟਰ ਕੇਡਰ ਦੇ ਲਈ। ਤਾਂ ਹੁਣ ਸਾਈਕੋਲੋਜੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਕੋਈ ਵੀ ਇੱਕ ਜੋ ਬੁੱਕ ਹੈ ਉਹ ਪੂਰੀ ਅਵੇਲੇਬਲ ਨਹੀਂ ਜਿਸ ਦੇ ਵਿੱਚੋਂ ਪੂਰੇ ਟੌਪਿਕ ਆਪਣੇ ਸਿਲੇਬਸ ਅਕੋਰਡਿੰਗ ਕਵਰ ਹੋ ਜਾਣ। ਸੋ ਕਾਫੀ ਬੱਚੇ ਸਿਰਫ ਸਾਈਕੋਲੋਜੀ ਕਰਕੇ ਹੀ ਪੇਡ ਕੋਰਸ ਲੈਂਦੇ ਨੇ। ਸੋ ਸਾਈਕੋਲੋਜੀ ਦਾ ਇੱਕ ਸਿੰਪਲ ਜਿਹਾ ਤੁਹਾਨੂੰ ਸੋਲੂਸ਼ਨ ਦੱਸਦਾ ਆਪਣੇ ਇਸ ਚੈਨਲ 'ਚ ਸਾਇੰਟੀਆ ਬਾਈ ਅਮਨ ਉੱਪਰ। ਸਾਈਕੋਲੋਜੀ ਦੀਆਂ ਬਿਲਕੁਲ ਫ੍ਰੀ ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ। ਹੁਣ ਤੱਕ ਜੋ ਵੀਡੀਓਜ਼ ਨੇ ਉਹ ਜੀ 28 ਹੋ ਚੁੱਕੀਆਂ ਨੇ ਚੈਨਲ 'ਤੇ ਅਤੇ ਟੋਟਲ 35 ਕੁ ਵੀਡੀਓਜ਼ ਦੇ ਵਿੱਚ ਆਪਣਾ ਜੋ ਸਿਲੇਬਸ ਹੈ ਉਹ ਕੰਪਲੀਟ ਹੋ ਜਾਏਗਾ। ਹਰ ਇੱਕ ਵੀਡੀਓ ਦੇ ਵਿੱਚ ਜੋ ਟੌਪਿਕ ਹੈ ਉਸਨੂੰ ਪੂਰਾ ਐਕਸਪਲੇਨ ਕੀਤਾ ਹੋਇਆ ਅਤੇ ਪੂਰਾ ਸੀਕੁਐਂਸ ਦੇ ਵਿੱਚ ਜੋ ਟੌਪਿਕ ਨੇ ਉਹ ਜਾ ਰਹੇ ਨੇ। ਸੋ ਉੱਪਰ ਆਈ ਬਟਨ 'ਤੇ ਪਲੇਲਿਸਟ ਦਾ ਲਿੰਕ ਆ ਰਿਹਾ ਹੋਊਗਾ, ਉੱਥੋਂ ਜਾ ਕੇ ਤੁਸੀਂ ਇੱਕ ਵਾਰ ਜ਼ਰੂਰ ਕੋਈ ਵੀ ਇੱਕ ਵੀਡੀਓ ਜੋ ਵੀ ਟੌਪਿਕ ਤੁਹਾਨੂੰ ਨਹੀਂ ਆਉਂਦਾ ਜਾਂ ਔਖਾ ਲੱਗਦਾ ਜਾਂ ਤੁਸੀਂ ਨਹੀਂ ਕੀਤਾ ਉਹ ਤੁਸੀਂ ਜ਼ਰੂਰ ਜਾ ਕੇ ਦੇਖੋ। ਡੈਫੀਨੇਟਲੀ 100% ਮੇਰੀ ਗਰੰਟੀ ਹੈ ਕਿ ਤੁਹਾਡਾ ਵੀਡੀਓਜ਼ ਦੇ ਵਿੱਚ ਇੰਟਰਸਟ ਜ਼ਰੂਰ ਬਣੂਗਾ। ਸੋ ਪੂਰਾ ਸਿਲੇਬਸ 'ਚ ਕਵਰ ਬਹੁਤ ਹੀ ਜਲਦੀ ਆਉਣ ਵਾਲੇ 10 ਕੁ ਦਿਨਾਂ ਤੱਕ ਹੋ ਜਾਏਗਾ। ਸੋ ਸਾਈਕੋ ਦੀ ਤੁਹਾਡੀ ਜੋ ਪ੍ਰੀ ਪ੍ਰੈਪਰੇਸ਼ਨ ਦੀ ਜੋ ਇੱਕ ਪ੍ਰੋਬਲਮ ਹੈ, ਠੀਕ ਹੈ, ਉਸਨੂੰ ਮੈਂ ਇਸ ਚੈਨਲ 'ਤੇ ਕਵਰ ਕੀਤਾ ਹੋਇਆ। ਇਸ ਤੋਂ ਬਾਅਦ ਆ ਗਿਆ ਜੀ ਪੰਜਾਬੀ। ਤਾਂ ਅਗਰ ਆਪਾਂ ਪੰਜਾਬੀ ਦੇਖੀਏ ਤਾਂ ਪੰਜਾਬੀ 'ਤੇ ਜੋ ਪੈਰਾ ਅਤੇ ਕਵਿਤਾ ਜੋ ਆਉਂਦੇ ਨੇ ਤਾਂ 15 ਨੰਬਰ ਆ ਜਾਂਦੇ ਨੇ ਜੀ ਪੇਪਰ 1 ਲਈ ਵੀ ਅਤੇ ਪੇਪਰ 2 ਲਈ ਵੀ। ਇਹਦੇ ਵਿੱਚੋਂ ਨੋਰਮਲੀ ਜੋ ਪੈਰਾ ਹੈਗਾ ਉਹ 8 ਨੰਬਰ ਦਾ ਹੁੰਦਾ ਹੈ ਅਤੇ ਜੋ ਕਵਿਤਾ ਹੈ ਜੀ ਉਹ 7 ਕੁ ਨੰਬਰ ਦੀ ਹੁੰਦੀ ਹੈ। ਟੋਟਲ ਹੋ ਜਾਂਦੇ ਨੇ 15, ਠੀਕ ਹੈ। ਅਤੇ ਇਹ ਪੈਰਾ ਅਤੇ ਕਵਿਤਾ ਤਾਂ ਕੋਈ ਵੀ ਆ ਸਕਦੀ ਹੈ, ਠੀਕ ਹੈ। ਇਹਦੇ ਲਈ ਕੁਝ ਖਾਸ ਬਾਹਲਾ ਪੜ੍ਹ ਕੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਕਿੰਨੇ ਵੀ ਪੈਰੇ ਕਵਰ ਕਰ ਲਈਏ ਪੇਪਰ ਦੇ ਵਿੱਚ ਕੁਝ ਨਵਾਂ ਪੈਰਾ ਜਾਂ ਨਵੀਂ ਕਵਿਤਾ ਹੀ ਆ ਸਕਦੀ ਹੈ। ਬਹੁਤ ਸਾਰੇ ਕਵੀ ਨੇ, ਸੋ ਇੰਨੀਆਂ ਜ਼ਿਆਦਾ ਕਵਿਤਾਵਾਂ ਨੂੰ ਕਵਰ ਕਰਨਾ ਵੀ ਬਹੁਤ ਮੁਸ਼ਕਲ ਹੈ। ਸੋ ਇਹ ਤਾਂ ਤੁਹਾਡੇ ਜੀ ਈਜ਼ੀ ਜਿਹਾ ਪੈਰਾ ਹੁੰਦਾ, ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਣੀ, ਬੜੇ ਸੌਖੇ ਤੁਹਾਨੂੰ ਆਂਸਰ ਮਿਲ ਜਾਣਗੇ। ਇਸ ਤੋਂ ਬਾਅਦ ਪੰਜਾਬੀ ਵਿਆਕਰਨ ਆਉਂਦੀ ਹੈ ਜੀ 7 ਨੰਬਰ ਦੀ, ਠੀਕ ਹੈ। ਅਤੇ ਪੰਜਾਬੀ ਪੈਡਾਗੋਜੀ ਦੇ ਬਚੇ 8 ਨੰਬਰ। ਦੇਖੋ ਇਹ ਕਈ ਵਾਰ ਕੀ ਹੁੰਦਾ ਕਿ ਪੰਜਾਬੀ ਵਿਆਕਰਨ ਦੇ 8 ਆ ਜਾਂਦੇ ਨੇ, ਪੈਡਾਗੋਜੀ ਦੇ 7 ਆ ਜਾਂਦੇ ਨੇ, ਸੋ 1-2 ਨੰਬਰ ਦੀ ਫਲਕਚੁਏਸ਼ਨ ਇੱਥੇ ਹਮੇਸ਼ਾ ਰਹੂਗੀ। ਸੋ ਵਿਆਕਰਨ ਲਈ ਤੁਸੀਂ ਅਗਰ ਪੇਪਰ 1 ਦੀ ਤਿਆਰੀ ਕਰ ਰਹੇ ਹੋ, ਠੀਕ ਹੈ, ਤਾਂ 6ਵੀਂ ਤੋਂ 8ਵੀਂ ਤੱਕ ਜਾਂ ਵੱਧ ਤੋਂ ਵੱਧ 8ਵੀਂ ਤੱਕ ਜੋ ਹੈਗਾ ਉਹ ਵਿਆਕਰਨ ਦੀ ਬੁੱਕ NCERT ਜੋ ਹੈਗੀ ਹੈ, ਠੀਕ ਹੈ, ਜੋ ਪੰਜਾਬ ਬੋਰਡ ਦੀ ਹੋਏਗੀ, ਤਾਂ ਉਹਨੂੰ ਤੁਸੀਂ ਕਵਰ ਕਰ ਸਕਦੇ ਹੋ। ਸਿਮੀਲਰਲੀ ਜੋ ਪੇਪਰ 2 ਲਈ ਵੀ ਤੁਸੀਂ ਜਿਹੜਾ ਹੈਗਾ ਵਿਆਕਰਨ ਦੇ ਲਈ ਤਾਂ ਅਪ ਟੂ 10th ਕਲਾਸ ਤੁਸੀਂ ਕਰ ਸਕਦੇ ਹੋ, ਬੜੀ ਈਜ਼ੀ ਤੁਹਾਡਾ ਹੋ ਜਾਏਗਾ ਇਹ। ਪੰਜਾਬੀ ਪੈਡਾਗੋਜੀ, ਦੇਖੋ ਸਬਜੈਕਟ ਪੈਡਾਗੋਜੀ ਚਾਹੇ ਪੰਜਾਬੀ ਹੋਵੇ, ਇੰਗਲਿਸ਼ ਹੋਵੇ, ਸਾਇੰਸ ਹੋਵੇ, ਮੈਥ ਹੋਵੇ, SST ਹੋਵੇ, ਠੀਕ ਹੈ ਜੀ, ਇਹ ਤੁਹਾਨੂੰ ਪ੍ਰੋਪਰ ਕਿਸੇ ਬੁੱਕ ਤੋਂ ਨਹੀਂ ਮਿਲੂਗਾ। ਪਰ ਹਾਂ, ਅਗਰ ਤੁਸੀਂ ਜੋ ਮੈਂ 35 ਵੀਡੀਓਜ਼ ਦੀ ਗੱਲ ਕੀਤੀ ਹੈ ਉਹ ਜ਼ਰੂਰ ਦੇਖੋਗੇ ਤਾਂ ਤੁਹਾਡੇ ਮੰਨੋ ਕਿ 50% ਜੋ ਸਬਜੈਕਟ ਪੈਡਾਗੋਜੀ ਹੈ ਉਹਨੂੰ ਮੈਂ ਇਹਨਾਂ 35 ਵੀਡੀਓਜ਼ ਦੇ ਵਿੱਚ ਹੀ ਕਵਰ ਕੀਤਾ ਹੋਇਆ।
ਅਗਰ ਮੈਂ ਕਿਹਾ ਕਿ ਪੰਜਾਬੀ ਪੈਡਾਗੋਜੀ ਦੇ 8 ਕੁਐਸਚਨ ਆਉਣਗੇ, ਤਾਂ ਜੀ 4 ਕੁਐਸਚਨ ਤਾਂ ਮੈਂ ਇੱਥੇ ਜੋ CDP ਦੀਆਂ ਮੈਂ ਵੀਡੀਓਜ਼ ਪਾ ਰਿਹਾ ਉਹਦੇ ਵਿੱਚੋਂ ਹੀ ਕਵਰ ਹੋ ਜਾਣਗੇ। ਉਹਨਾਂ ਟੌਪਿਕਸ ਨੂੰ ਜੇ ਤੁਸੀਂ ਸਮਝੋਗੇ ਤਾਂ ਉਹ ਨਾਲ ਦੀ ਨਾਲ ਹੀ ਕਵਰ ਹੋ ਜਾਊਗਾ। ਠੀਕ ਹੈ, ਸੋ ਸਬਜੈਕਟ ਪੈਡਾਗੋਜੀ ਦੀ ਆਪਾਂ ਜਦੋਂ CDP ਦਾ ਕੋਰਸ ਹੋ ਗਿਆ, ਇਸ ਤੋਂ ਬਾਅਦ ਅਲੱਗ ਕਲਾਸਿਸ ਵੀ ਲਵਾਂਗੇ, ਜੋ ਵੀ ਟੌਪਿਕ ਆਪਣੇ ਪੈਂਡਿੰਗ ਹੋਏ ਤਾਂ ਉਹ ਉੱਥੇ ਕਵਰ ਕਰਾਂਗੇ। ਇਸ ਤੋਂ ਬਾਅਦ ਆ ਜਾਂਦਾ ਜੀ ਇੰਗਲਿਸ਼। ਇੰਗਲਿਸ਼ ਦੇ ਵਿੱਚ ਨੋਰਮਲੀ ਕੀ ਹੈ ਜੀ, ਪਿਛਲੇ ਅਗਰ ਤੁਸੀਂ ਕੁਝ ਪੇਪਰ ਦੇਖੇ ਹੋਣਗੇ ਤਾਂ ਪੈਸੇਜ ਆ ਰਹੇ ਨੇ ਦੋ, ਤਾਂ ਦੋ ਪੈਰੇ ਹੀ ਆਉਂਦੇ ਨੇ ਇਹਦੇ ਵਿੱਚ, ਤਾਂ 15 ਨੰਬਰ ਦੇ ਹੁੰਦੇ ਨੇ ਉਹ। ਠੀਕ ਹੈ, ਇੱਕ 8 ਦਾ ਹੋਏਗਾ, ਦੂਸਰਾ 7 ਦਾ, ਤਾਂ ਇੱਥੇ ਪੋਇਮ ਮਤਲਬ ਕਾਫੀ ਟਾਈਮ ਹੋ ਗਿਆ ਨਹੀਂ ਆਈ ਪੇਪਰ ਦੇ ਵਿੱਚ, ਤਾਂ ਇਹ 15 ਨੰਬਰ ਆ ਗਏ ਜੀ। ਇਹ ਵੀ ਤੁਸੀਂ ਨੋਰਮਲੀ ਕੁਝ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ, ਕੁਝ ਪੈਰੇ ਦੇ ਵਿੱਚੋਂ ਹੀ ਆਪਾਂ ਫਾਈਂਡ ਆਊਟ ਕਰਨਾ ਹੁੰਦਾਗਾ, ਤਾਂ ਉਹ ਤੁਸੀਂ ਕਰ ਸਕਦੇ ਹੋ। ਇਸ ਤੋਂ ਬਾਅਦ ਇਹਦੇ ਵਿੱਚ ਦੇਖੋ, ਗ੍ਰੈਮਰ ਮੈਂ ਨਹੀਂ ਲਿਖੀ ਇੱਥੇ, ਹੈ ਨਾ, ਤਾਂ ਕੁਝ ਤੁਹਾਡੇ ਵਿੱਚੋਂ ਸਾਥੀ ਸਵਾਲ ਕਰਨਗੇ ਕਿ ਇਹਦੇ ਵਿੱਚ ਗ੍ਰੈਮਰ ਆਉਂਦੀ ਹੈ ਨਾ। ਤਾਂ ਪਿਛਲੇ ਦੇਖੋ 3-4 ਸਾਲ ਦਾ ਜੋ ਅਨਾਲਿਸਿਸ ਹੈ ਜੀ, ਉਹਦੇ ਵਿੱਚ ਕੀ ਹੋ ਰਿਹਾ ਕਿ ਜੋ 15 ਨੰਬਰ ਦੇ ਪੈਸੇਜ ਤੋਂ ਬਾਅਦ 15 ਨੰਬਰ ਦੀ ਸਿਰਫ ਪੈਡਾਗੋਜੀ ਹੀ ਆ ਰਹੀ ਹੈ ਪੇਪਰ ਦੇ ਵਿੱਚ। ਤੁਸੀਂ ਪੇਪਰ ਚੱਕ ਕੇ ਖੁਦ ਦੇਖ ਸਕਦੇ ਹੋ, ਠੀਕ ਹੈ, ਮੇਰੀਆਂ ਗੱਲਾਂ ਤੇ ਬਲੀਵ ਨਾ ਕਰੋ, ਮੈਂ ਕਹਿੰਦਾ ਕਿ ਪੇਪਰ ਚੱਕ ਕੇ ਖੁਦ ਦੇਖੋ, ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਊਗਾ। ਹਾਂ, ਜੋ ਗ੍ਰੈਮਰ ਆਉਂਦੀ ਹੈ ਨਾ, ਉਹ ਪੈਸੇਜ ਦੇ ਵਿੱਚ ਹੀ ਕਵਰ ਕਰ ਦਿੰਦੇ ਨੇ, ਜੋ ਨਾਉਨ ਐਡਵਰਬ ਜੋ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਉਹਨੂੰ ਪੈਸੇਜ ਦੇ ਵਿੱਚ ਹੀ ਉਸ ਲੈਣ ਰਿਲੇਟਡ ਕੁਐਸਚਨ ਪੁੱਛ ਕੇ ਉਹਨੂੰ ਕਵਰ ਕਰ ਦਿੰਦੇ ਨੇ। ਸੋ ਇੰਗਲਿਸ਼ ਦੀ ਪੈਡਾਗੋਜੀ ਕਾਫੀ ਮੇਨ ਹੈ ਜੀ, 15 ਨੰਬਰ। ਤਾਂ ਇਹਦੇ ਵਿੱਚੋਂ ਵੀ 15 ਦੇ ਵਿੱਚੋਂ ਦੇਖੋ 6-7 ਨੰਬਰ ਜਿਹੜੇ ਹੈਗੇ ਨੇ, 6 ਤੋਂ 7 ਨੰਬਰ ਅਗਰ ਤੁਸੀਂ ਇਹਨੂੰ ਦੇਖੋਗੇ ਨਾ, CDP ਵਾਲੇ ਨੇ 35 ਵੀਡੀਓ ਤਾਂ ਮੈਂ ਕਵਰ ਕੀਤਾ। ਜਿਵੇਂ ਦੇਖੋ ਕੁਝ ਟੌਪਿਕ ਬੜੇ ਕਾਮਨ ਨੇ, ਬਹੁਤ ਟੌਪਿਕ ਨੇ, ਮੈਂ ਕੁਝ ਕੇ ਦੱਸ ਦਿੰਦਾ, ਜਿਵੇਂ ਡਾਇਗਨੋਸਿਸ ਆ ਗਿਆ ਹੈ ਨਾ, ਰਿਮੇਡੀਅਲ ਟੀਚਿੰਗ ਆ ਗਈ। ਸੋ ਇਦਾਂ ਦੇ ਬਹੁਤ ਸਾਰੇ ਟੌਪਿਕ ਨੇ ਜਿਹੜੇ ਆਪਾਂ ਨੂੰ ਪੈਡਾਗੋਜੀ ਦੇ ਵਿੱਚ ਆਉਂਦੇ ਨੇ ਤੇ ਆਪਾਂ ਨੂੰ CDP ਚ ਵੀ ਪੜ੍ਹਦੇ ਆ। ਇਸ ਤੋਂ ਇਲਾਵਾ ਅਸੈਸਮੈਂਟ ਆ ਗਈ ਜੀ, ਇਵੈਲੂਏਸ਼ਨ ਆ ਗਈ, ਠੀਕ ਹੈ, ਫਾਰਮੇਟਿਵ ਅਸੈਸਮੈਂਟ ਆ ਗਈ, ਸਮੇਟਿਵ ਅਸੈਸਮੈਂਟ ਆ ਗਈ। ਸੋ ਇਹ ਕੁਐਸਚਨ ਆਪਾਂ ਨੂੰ ਅਗਰ CDP ਦੇ ਉੱਪਰ 30 ਨੰਬਰਾਂ ਦੇ ਵਿੱਚ ਨਹੀਂ ਆਉਂਦੇ ਤਾਂ ਆਪਾਂ ਨੂੰ ਆਉਂਦੇ ਨੇ ਇਹ ਕਿਸੇ ਵੀ ਸਬਜੈਕਟ ਦੀ ਪੈਡਾਗੋਜੀ ਵਿੱਚ। ਠੀਕ ਹੈ, ਤਾਂ ਕਰਕੇ ਉਹ ਵੀਡੀਓਜ਼ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਸੋ ਪੈਡਾਗੋਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ 6 ਤੋਂ 7 ਨੰਬਰ ਅਗਰ ਆਪਾਂ 35 ਵੀਡੀਓਜ਼ ਦੇ ਵਿੱਚ ਕਵਰ ਕਰਦੇ ਹਾਂ ਤਾਂ ਬਾਕੀ ਜੋ ਇੰਗਲਿਸ਼ ਦੀ ਸਬਜੈਕਟ ਪੈਡਾਗੋਜੀ ਹੈ ਜੀ, ਜੋ ਵੀ ਟੌਪਿਕ ਆਪਣੇ ਬਚਣਗੇ ਉਹ ਮੈਂ ਇਸ ਕੋਰਸ ਤੋਂ ਬਾਅਦ ਜਿਹੜਾ ਹੈਗਾ ਕੰਪਲੀਟ ਕਰਵਾਉਂਗਾ, ਤੇ ਇਹ ਕੋਰਸ ਜਿਹੜਾ ਹੈਗਾ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ। ਸੋ ਸਿਮਿਲਰਲੀ ਜੋ ਮੈਂ ਪੇਪਰ 1 ਲਈ ਦੱਸਿਆ ਉਸੇ ਤਰੀਕੇ ਨਾਲ ਸਾਡਾ ਪੇਪਰ 2 ਲਈ ਵੀ ਹੋਏਗਾ। ਹਾਂਜੀ, 90 ਨੰਬਰ ਕਵਰ ਕਰਨ ਤੋਂ ਬਾਅਦ ਸਾਈਕੋਲੋਜੀ ਤੋਂ ਲੈ ਕੇ ਇੰਗਲਿਸ਼ ਤੱਕ ਦੋਨੋਂ ਪੇਪਰਾਂ ਦੇ, ਹੁਣ ਆਪਾਂ ਬਾਕੀ 60 ਨੰਬਰ ਦੇਖ ਲੈਂਦੇ ਹਾਂ ਪਹਿਲਾਂ ਪੇਪਰ 1 ਲਈ। ਸੋ ਪੇਪਰ 1 ਦਾ ਜਿਹੜਾ ਚੌਥਾ ਪਾਰਟ ਹੈ ਜੀ, ਉਹ EVS ਦਾ ਹੁੰਦਾ, এনवायरमेंट ਦਾ। ਤਾਂ ਇਹਦੇ ਵਿੱਚ 30 ਕੁਐਸਚਨ ਆਉਣਗੇ, ਠੀਕ ਹੈ, 22 ਤੇ 38, ਤਾਂ 22 ਹੁੰਦੇ ਨੇ ਸਬਜੈਕਟ ਨਾਲ ਰਿਲੇਟਡ, এনवायरमेंट ਨਾਲ ਰਿਲੇਟਡ, ਤੇ ਬਾਕੀ 8 ਕੁਐਸਚਨ ਹੁੰਦੇ ਨੇ ਜੀ ਪੈਡਾਗੋਜੀ ਨਾਲ ਰਿਲੇਟਡ। ਕਈ ਵਾਰ ਇਹ ਰੇਸ਼ੋ ਦੇਖੋ 20 10 ਵੀ ਰਹਿ ਸਕਦੀ ਹੈ, ਠੀਕ ਹੈ, ਸੋ 1 2 ਦਾ ਫਲਕਚੁਏਸ਼ਨ ਚੱਲਦਾ, ਠੀਕ ਹੈ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆਗਾ। ਤਾਂ ਇਹਦੇ ਲਈ ਸਭ ਤੋਂ ਪਹਿਲਾਂ EVS ਦੀ ਤਿਆਰੀ ਲਈ ਤੁਸੀਂ ਦੇਖੋ NCERT ਦੀਆਂ ਬੁੱਕਸ ਹੀ ਫੋਲੋ ਕਰੋ ਤਾਂ ਬਹੁਤ ਬੈਟਰ ਹੋਏਗਾ। NCERT ਬੁੱਕਸ, ਠੀਕ ਹੈ, 6th ਟੂ 8th ਕਰ ਲਓ ਜਾਂ 5th ਟੂ 8th ਕਰ ਲਓ, ਠੀਕ ਹੈ, ਇਹ ਤੁਹਾਡਾ ਹੈਗਾ ਕਾਫੀ ਸਿਲੇਬਸ ਕਵਰ ਕਰਨਗੀਆਂ। ਇਸ ਤੋਂ ਇਲਾਵਾ ਤੁਸੀਂ ਕੀ ਕਰਨਾ ਜੀ, ਇੱਕ NCERT ਦੇ ਐਗਜ਼ੈਂਪਲਰ ਵੀ ਆਉਂਦੇ ਨੇ, ਉੱਥੋਂ ਤੁਸੀਂ MCQ ਵੀ ਲੈ ਸਕਦੇ ਹੋ। ਸਿਮਿਲਰਲੀ ਜੋ ਪੈਡਾਗੋਜੀ ਹੈ ਦੇਖੋ, ਇਹਦੇ ਵਿੱਚ ਕੀ ਹੋਏਗਾ ਕਿ 8 ਦੇ ਵਿੱਚੋਂ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਜੋ ਮੇਰਾ CDP ਦਾ ਕੋਰਸ ਹੈ ਇਸ ਚੈਨਲ ਦੇ ਉੱਪਰ, ਜੋ ਕਿ ਫ੍ਰੀ ਕੋਰਸ ਹੈ, ਉਹਦੇ ਵਿੱਚੋਂ 4 ਕੁਐਸਚਨ ਤਾਂ ਇਹਦੇ ਵਿੱਚੋਂ ਹੀ ਕਵਰ ਹੋ ਜਾਣਗੇ ਟੌਪਿਕ ਚੋਂ, ਅਤੇ ਜੋ 4 ਸਬਜੈਕਟ ਦੀ ਪੈਡਾਗੋਜੀ ਬਚੀ ਹੈ ਜੀ, ਉਹਨੂੰ ਅਸੀਂ ਐਕਸਟਰਾ ਕਵਰ ਕਰਾਂਗੇ। ਠੀਕ ਹੈ, ਸੋ ਪੈਡਾਗੋਜੀ ਦੀ ਟੈਨਸ਼ਨ ਜਿਹੜੀ ਹੈਗੀ ਆ, ਅਗਰ ਤੁਸੀਂ ਇਸ ਚੈਨਲ ਨੂੰ ਵਾਚ ਕਰੋਗੇ ਤਾਂ ਤੁਹਾਡੀ ਬਿਲਕੁਲ ਖਤਮ ਹੋ ਜਾਏਗੀ। ਸਿਮਿਲਰਲੀ ਮੈਥ ਦੇਖੋ, ਤਾਂ ਮੈਥ ਦੇ ਵੀ 22 ਕੁਐਸਚਨ ਹੋਣਗੇ ਜੀ,
ਠੀਕ ਹੈ ਮੈਥ ਦੇ, ਉਹ ਵੀ ਤੁਸੀਂ ਸਿਮਿਲਰਲੀ NCERT 6 to 8 ਵਾਲੇ ਕੁਐਸਚਨ ਕਰ ਸਕਦੇ ਹੋ, ਜੋ ਟੋਪਿਕ ਹੈਗੇ ਨੇ, ਜੋ ਚੈਪਟਰ ਹੈਗੇ ਨੇ, ਤੇ ਪੈਡਾਗੋਜੀ 8, ਇਹ ਵੀ ਸੇਮ ਹੀ ਰਹੂਗਾ ਜੀ। ਸੋ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਮੈਥ ਜੋ EBS ਹੈਗਾ ਉਹਦੇ ਲਈ ਤੁਸੀਂ NCERT ਫੋਲੋ ਕਰੋ। ਇਸ ਤੋਂ ਇਲਾਵਾ ਜੋ ਪੈਡਾਗੋਜੀ ਹੈ ਜੀ ਉਹ ਆਪਣੇ ਚੈਨਲ ਤੇ ਚੱਲ ਹੀ ਰਹੀ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ CDP ਦਾ ਕੋਰਸ ਖਤਮ ਕਰਨ ਤੋਂ ਬਾਅਦ ਆਪਾਂ EBS ਦੀ ਤਿਆਰੀ ਕਰੀਏ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਤਾਂ ਇਸ ਤੋਂ ਬਾਅਦ ਮੈਂ ਤੁਹਾਡਾ ਜੋ EBS ਹੈਗਾ ਉਹਦੀ ਤਿਆਰੀ ਸ਼ੁਰੂ ਕਰਵਾ ਦੂੰਗਾ ਬੇਸਡ ਔਨ ਯੂਅਰ ਕਮੈਂਟ ਇਨ ਦਾ ਕਮੈਂਟ ਬਾਕਸ, ਕਿ ਕਿੰਨੇ ਕਮੈਂਟ ਤੁਹਾਡੇ ਆ ਰਹੇ ਨੇ ਉਸ ਦੇ ਅਕੋਰਡਿੰਗ। ਹਾਂਜੀ, ਹੁਣ ਆਪਾਂ ਪੇਪਰ 2 ਦੀ ਗੱਲ ਕਰ ਲੈਂਦੇ ਹਾਂ। ਪੇਪਰ 2 ਦੇ ਵਿੱਚ ਆਪਣੇ ਕੋਲ ਇੱਕ ਤਾਂ ਸਾਇੰਸ ਮੈਥ ਹੁੰਦਾ ਜੀ, ਇੱਕ ਸੋਸ਼ਲ ਸਾਇੰਸ ਵਾਲਾ ਪੇਪਰ ਹੋ ਜਾਂਦਾ ਪੇਪਰ 2 ਦੇ ਵਿੱਚ। ਤਾਂ ਪਹਿਲਾਂ ਆਪਾਂ ਸਾਇੰਸ ਮੈਥ ਦੀ ਗੱਲ ਕਰਦੇ ਹਾਂ, ਤਾਂ ਸਾਈਕੋਲੋਜੀ ਤੋਂ ਲੈ ਕੇ ਇੰਗਲਿਸ਼ ਤੱਕ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ। ਤਾਂ ਸਾਇੰਸ ਮੈਥ ਵਾਲਿਆਂ ਨੂੰ 30 ਨੰਬਰ ਦੀ ਸਾਇੰਸ ਆਉਂਦੀ ਹੈ ਜੀ, ਤੇ ਫਿਰ 30 ਨੰਬਰ ਦਾ ਜਿਹੜਾ ਹੈਗਾ ਮੈਥਮੈਟਿਕਸ ਆਏਗਾ। ਤਾਂ ਇਹਦੇ ਵਿੱਚ ਵੀ ਰੇਸ਼ੋ ਮੈਂ ਸੇਮ ਹੀ ਰੱਖੀ ਹੈ, ਇਹ ਮੈਂ ਐਵਰੇਜ ਕੱਢੀ ਹੋਈ ਹੈ ਪਿਛਲੇ ਕੁਝ ਪੇਪਰਾਂ ਦੀ। ਤਾਂ ਸਬਜੈਕਟ ਦੇ ਵਿੱਚੋਂ ਦੇਖੋ 20 10 ਹੋ ਸਕਦਾ ਹੈ, 20 ਦਾ ਸਬਜੈਕਟ 10 ਸੀ ਪੈਡਾਗੋਜੀ, ਜਾਂ 22 ਦਾ ਸਬਜੈਕਟ 38 ਸਬਜੈਕਟ ਪੈਡਾਗੋਜੀ। ਤਾਂ ਇਹਦੇ ਲਈ ਵੀ ਸਿਮਿਲਰਲੀ NCERT ਲਈ ਵੀ ਤੁਸੀਂ NCERT ਦੀਆਂ ਜੋ ਬੁੱਕਸ ਨੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ, ਐਗਜ਼ੈਂਪਲਰ ਦੀ ਹੈਲਪ ਲੈ ਸਕਦੇ ਹੋ, NCERT ਐਗਜ਼ੈਂਪਲਰ ਸਾਈਟ ਦੇ ਉੱਪਰੋਂ ਡਾਊਨਲੋਡ ਹੋ ਜਾਣਗੇ। ਤਾਂ ਇਹ ਤੁਹਾਨੂੰ ਜੀ ਅਪ ਟੂ 10th ਪੜ੍ਹਨੀ ਪੈਣੀ ਹੈ ਡਿਟੇਲ ਦੇ ਵਿੱਚ, ਠੀਕ ਹੈ, ਅਪ ਟੂ 10th ਪੜ੍ਹਨੀ ਹੀ ਪੈਣੀ ਹੈ, ਕੁਐਸਚਨ ਆਉਂਦੇ ਨੇ NCERT ਬੁੱਕ। ਸਿਮਿਲਰਲੀ ਜੋ ਸਬਜੈਕਟ ਪੈਡਾਗੋਜੀ ਹੈ, ਹਾਫ ਤਾਂ ਆਪਣੀ ਉੱਪਰਲੇ ਕੋਰਸ ਦੇ ਵਿੱਚ ਹੀ ਕਵਰ ਹੋ ਗਈ ਜੋ ਪੈਡਾਗੋਜੀ ਹੈਗੀ ਹੈ, ਤਾਂ ਇਸ ਤੋਂ ਇਲਾਵਾ ਜੋ ਬਾਕੀ ਬਚੀ ਉਹਨੂੰ ਆਪਾਂ ਅਲੱਗ ਤੋਂ ਕਵਰ ਕਰਾਂਗੇ, ਠੀਕ ਹੈ ਜੀ। ਇਹਦੇ ਲਈ ਕੋਈ ਪਾਰਟੀਕੁਲਰ ਬੁੱਕ ਤਾਂ ਨਹੀਂ ਹੈਗੀ ਸਬਜੈਕਟ ਪੈਡਾਗੋਜੀ ਦੀ, ਹਾਂ ਅਗਰ ਤੁਸੀਂ BEd ਦੇ ਵਿੱਚ ਡੀਪ ਪੜਿਆ ਹੋਇਆ, ਡਿਟੇਲ ਦੇ ਵਿੱਚ ਪੜਿਆ ਹੋਇਆ, ਫਿਰ ਤੁਹਾਨੂੰ ਜ਼ਰੂਰ ਆਉਂਦੀ ਹੋਏਗੀ। ਇਸ ਤੋਂ ਇਲਾਵਾ ਮੈਥ ਮੈਥ ਵੀ ਸੇਮ ਹੀ ਰਹੂਗਾ ਜੀ, NCERT ਦਾ ਅਪ ਟੂ 10th ਸਾਰੇ ਕਨਸੈਪਟ ਜਿਹੜੇ ਹੈਗੇ ਨੇ, ਹਰ ਇੱਕ ਟਾਈਪ ਦਾ ਜਿਹੜਾ ਸਮ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈਗਾ, ਫਿਰ ਹੀ ਜਿਹੜਾ ਤੁਹਾਡੇ ਸਬਜੈਕਟ ਦੇ ਵਿੱਚੋਂ ਵਧੀਆ ਮਾਰਕਸ ਆਉਣਗੇ। ਸਿਮਿਲਰਲੀ ਪੈਡਾਗੋਜੀ ਦਾ ਉੱਪਰ ਹੀ ਹੈ ਜਿਵੇਂ ਮੈਂ ਸਾਇੰਸ ਦੇ ਲਈ ਦੱਸਿਆ, ਸੇਮ ਇੱਥੇ ਹੋਏਗਾ। ਸੋਸ਼ਲ ਸਾਇੰਸ ਦੇ ਵਿੱਚ ਕੀ ਹੋਏਗਾ ਕਿ ਉੱਪਰ 3 ਆਪਾਂ ਕਵਰ ਕਰ ਚੁੱਕੇ ਹਾਂ ਸਾਈਕੋਲੋਜੀ ਤੋਂ ਲੈ ਕੇ ਇੰਗਲਿਸ਼ ਤੱਕ, ਸਿਰਫ ਇੱਥੇ ਕੱਲੀ SST ਹੀ ਤੁਹਾਨੂੰ 60 ਨੰਬਰ ਦੀ ਆਏਗੀ, ਤੇ ਇਹਦੇ ਵਿੱਚੋਂ ਜੋ ਆਪਣੀ ਐਵਰੇਜ ਹੈ ਜੀ ਉਹ 45 ਨੰਬਰ ਦੀ SST ਆਉਂਦੀ ਹੈ, ਤੇ 15 ਨੰਬਰ ਦੀ ਇੱਥੇ ਸਬਜੈਕਟ ਪੈਡਾਗੋਜੀ ਆਉਂਦੀ ਹੈ। ਤਾਂ NCERT ਦੀਆਂ ਫਿਰ ਤੋਂ ਮੈਂ ਕਹੂੰਗਾ, ਕਿਉਂਕਿ ਦੇਖੋ ਇਸ ਵਾਰ ਜੋ ਆਪਣੇ ਪੇਪਰ ਪੈ ਰਹੇ ਨੇ ਉਹ ਵੀ ਥੋੜੇ ਦਿੱਲੀ ਮਾਡਲ ਤੇ ਪੈ ਰਹੇ ਨੇ, ਤੇ ਉੱਥੇ NCERT ਹੀ ਫੋਲੋ ਹੁੰਦੀ ਹੈ, ਠੀਕ ਹੈ। ਤਾਂ ਜੋ ਇਸ ਵਾਰ ਅਗਰ ਤੁਸੀਂ ਟੈਟ ਦਾ ਪੇਪਰ ਪਿਛਲੀ ਵਾਰ ਦਾ 23 ਦਾ ਦੇਖਿਆ ਹੋਊਗਾ, ਤਾਂ ਉਹ ਬਿਲਕੁਲ ਥੋੜਾ ਜਿਹਾ ਬੇਸਿਕ ਸੀਗਾ, ਬਿਲਕੁਲ ਬੇਸਿਕ, ਹੈ ਨਾ। ਇਸ ਤੋਂ ਪਹਿਲਾਂ ਥੋੜੇ ਹੋਰ ਤਰ੍ਹਾਂ ਦੇ ਕੁਐਸਚਨ ਆਉਂਦੇ ਹੁੰਦੇ ਸੀ ਪੇਪਰਾਂ ਦੇ ਵਿੱਚ। ਸੋ NCERT ਬੈਸਟ ਹੈ ਜੀ, ਠੀਕ ਹੈ। ਤਾਂ ਇਹਦੇ ਵਿੱਚ ਤੁਹਾਨੂੰ ਉਹੀ ਸੋਸ਼ਲ ਸਾਇੰਸ ਲਈ ਵੀ ਅਪ ਟੂ 10th, ਜਾਂ ਇਸ ਤੋਂ ਥੋੜਾ ਤੁਸੀਂ ਅੱਗੇ ਵੀ ਜਾ ਸਕਦੇ ਹੋ, ਠੀਕ ਹੈ, ਅਗਰ 10th ਤੱਕ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ। ਅਗਰ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਉਹ ਤੁਹਾਨੂੰ ਕਵਰ ਕਰਨੀ ਪਊਗੀ, ਜੋ ਵੀ ਇਹਦੇ ਅਲੱਗ ਅਲੱਗ ਇਹਦੀਆਂ ਬ੍ਰਾਂਚਸ ਨੇ SST ਦੀਆਂ। ਇਸ ਤੋਂ ਇਲਾਵਾ ਪੈਡਾਗੋਜੀ ਵੀ ਜੀ, ਇਹਦਾ ਦੇਖੋ ਪੈਡਾਗੋਜੀ ਤਾਂ 6 ਤੋਂ 7 ਨੰਬਰ, ਆਪਾਂ ਮੈਂ ਫਿਰ ਕਹੂੰਗਾ, ਮੈਂ ਤੁਹਾਨੂੰ ਬਾਰ ਬਾਰ ਯਾਦ ਕਰਵਾ ਰਿਹਾ ਕਿ ਜੋ 35 ਵੀਡੀਓਜ਼ ਦਾ ਇਹ ਕੋਰਸ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੈ, ਇੱਕ ਵਾਰ ਜਾ ਕੇ ਜ਼ਰੂਰ ਦੇਖੋ, ਤੁਹਾਨੂੰ ਖੁਦ ਬੋ ਖੁਦ ਪਤਾ ਚੱਲ ਜਾਏਗਾ ਟੌਪਿਕ ਤੋਂ ਬਾਅਦ, ਨਾਲ ਦੀ ਨਾਲ MCQ ਵੀ ਹੈ ਬਾਅਦ ਦੇ ਵਿੱਚ। ਤਾਂ 6 ਤੋਂ 7 ਨੰਬਰ ਆਪਣੇ ਕਵਰ ਹੋ ਗਏ, ਬਾਕੀ ਆਪਾਂ ਜੋ ਡਿਫਰੈਂਟ ਕਰਾਂਗੇ ਸਬਜੈਕਟ ਪੈਡਾਗੋਜੀ ਦਾ, ਜੋ ਆਪਣਾ ਅਲੱਗ ਵੀਡੀਓਜ਼ ਹੋਣਗੀਆਂ ਉਹਦੇ ਵਿੱਚ ਕਵਰ ਹੋ ਜੂਗੀ। ਸੋ ਇਹ ਸੀਗਾ ਜੀ ਪੂਰਾ ਅਨਾਲਿਸਿਸ। ਸੋ ਇਸ ਤਰੀਕੇ ਨਾਲ ਤੁਸੀਂ ਪੜ੍ਹ ਸਕਦੇ ਹੋ, ਤਾਂ ਬਹੁਤ ਈਜ਼ੀ ਹੈ ਪੇਪਰ ਕਲੀਅਰ ਕਰਨਾ। ਦੇਖੋ ਸਾਈਕੋਲੋਜੀ ਦਾ ਪੋਰਸ਼ਨ ਦੇਖੋ ਕਿੰਨਾ, ਤਾਂ ਅਗਰ ਸਿੰਪਲ ਸਾਈਕੋਲੋਜੀ ਹੈ ਤਾਂ 30 ਨੰਬਰ ਜੀ ਉਹ ਹੋ ਗਏ, ਪੰਜਾਬੀ ਵਾਲੀ ਹੋ ਗਈ ਦੇਖੋ 8 ਨੰਬਰ ਦੀ ਆਪਾਂ ਮੰਨ ਕੇ ਚੱਲਦੇ ਹਾਂ, ਇੰਗਲਿਸ਼ ਦੀ 15 ਨੰਬਰ ਦੀ ਡਾਇਰੈਕਟ ਆਉਂਦੀ ਹੈ, ਪੇਪਰ ਤੁਸੀਂ ਖੁਦ ਚੱਕ ਕੇ ਦੇਖ ਸਕਦੇ ਹੋ, ਠੀਕ ਹੈ। ਗ੍ਰਾਮਰ ਪੈਸੇਜ ਦੇ ਵਿੱਚ ਹੀ ਕਵਰ ਹੁੰਦੀ ਇੰਗਲਿਸ਼ ਦੇ ਵਿੱਚ। ਇਸ ਤੋਂ ਇਲਾਵਾ 8-8 ਨੰਬਰ ਆਪਾਂ ਸਾਇੰਸ ਤੇ ਮੈਥ ਦੇ ਮੰਨ ਕੇ ਚੱਲਦੇ ਹਾਂ, ਤਾਂ ਕੁੱਲ ਤੁਸੀਂ ਦੇਖੋ ਇੱਥੇ ਟੋਟਲ ਕਰ ਸਕਦੇ ਹੋ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ CDP ਜਾਂ ਕਹੋ ਸਾਈਕੋਲੋਜੀ ਤੁਹਾਡੇ ਲਈ। ਪਰ ਮੇਰੇ ਕਹਿਣ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਜੋ ਬਾਕੀ ਵਿਸ਼ੇ ਨੇ ਉਹ ਇੰਪੋਰਟੈਂਟ ਨਹੀਂ ਹੈਗੇ, ਹਰ ਇੱਕ ਨੂੰ ਇਕੁਅਲ ਇੰਪੋਰਟੈਂਸ ਦਿਓ, ਠੀਕ ਹੈ, ਬੈਲੈਂਸ ਬਣਾ ਕੇ ਰੱਖੋ। ਦੇਖੋ
ਫਿਰ ਹੀ ਤੁਸੀਂ ਚੰਗਾ ਸਕੋਰ ਹਾਸਲ ਕਰੋਗੇ। ਇਸ ਤੋਂ ਇਲਾਵਾ ਮਾਰਕਸ ਆਪਾਂ ਦੇਖ ਸਕਦੇ ਹਾਂ 38 ਇੱਥੋਂ ਤੱਕ ਹੋ ਗਏ ਜੀ, 53 ਅਤੇ 8 ਤੋਂ ਅਪਰੋਕਸੀਮੇਟ 69, ਹੈ ਨਾ, 69 ਤੋਂ 70 ਨੰਬਰ ਦੇ ਆਸ ਪਾਸ ਇਹ ਕਹਿ ਲਓ ਅਰਾਊਂਡ 50% ਜਿਹੜੀ ਹੈਗੀ ਉਹ CDP ਜਿਹੜੀ ਮੇਨ CDP ਹੈ, ਠੀਕ ਹੈ, ਇਸ ਤੋਂ ਇਲਾਵਾ ਜੋ ਸਬਜੈਕਟ ਪੈਡਾਗੋਜੀ ਉਹ ਕਵਰ ਕਰਦੀ ਹੈ ਜੀ। ਸੋ ਖੁਦ ਸੋਚ ਕੇ ਦੇਖੋ, ਅਗਰ ਤੁਸੀਂ ਇਹ 35 ਵੀਡੀਓਜ਼ ਦੇਖਦੇ ਹੋ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਘੱਟੋ ਘੱਟ ਕਹਿ ਰਿਹਾ ਮੈਂ ਜ਼ਿਆਦਾ ਨਹੀਂ, 50 ਵੀਡੀਓਜ਼, 50 ਮਾਰਕਸ ਜਿਹੜੇ ਹੈਗੇ ਨੇ ਉਹ ਇਹ ਵੀਡੀਓਜ਼ ਹੀ ਤੁਹਾਡੇ ਬਣਵਾ ਦੇਣਗੀਆਂ। ਤੇ ਸੋਚੋ ਤੁਹਾਡਾ ਪੇਪਰ ਕਾਫੀ ਅੱਗੇ ਤੱਕ ਕਲੀਅਰ ਹੋ ਹੀ ਜਾਏਗਾ, ਤੇ ਉਹ ਵੀ ਬਹੁਤ ਚੰਗੇ ਸਕੋਰ ਨਾਲ। ਸੋ ਇਹ ਸੀ ਜੀ ਆਪਣਾ ਪੂਰਾ ਅਨਾਲਿਸਿਸ ਕਿ ਕਿਸ ਤਰ੍ਹਾਂ ਆਪਾਂ ਤਿਆਰੀ ਕਰ ਸਕਦੇ ਹਾਂ। ਬੁੱਕਸ ਮੈਂ ਦੱਸਤੀ NCERT, ਤੇ ਜੋ ਸਾਈਕੋਲੋਜੀ ਹੈ ਜੋ ਸਭ ਤੋਂ ਵੱਡੀ ਦਿੱਕਤ ਹੈ ਜਿਹਦੇ ਕਰਕੇ ਸਾਨੂੰ ਪੇਡ ਕੋਰਸ ਲੈਣਾ ਹੀ ਪੈਂਦਾ ਹੈ, ਉਸ ਦੀ ਪ੍ਰੋਬਲਮ ਇਸ ਚੈਨਲ ਤੇ ਜੀ ਤੁਹਾਨੂੰ ਬਿਲਕੁਲ ਤੁਹਾਡੀ ਪ੍ਰੋਬਲਮ ਸੋਲਵ ਕਰ ਦਿੱਤੀ ਹੈ, ਬਿਲਕੁਲ ਫ੍ਰੀ ਵੀਡੀਓਜ਼ ਅਪਲੋਡ ਕਰਕੇ। ਕਿਸੇ ਵੀ ਪ੍ਰਕਾਰ ਦਾ ਇਹ ਪੇਡ ਕੋਰਸ ਨਹੀਂ ਹੈਗਾ, ਬਿਲਕੁਲ ਫ੍ਰੀ ਕੋਰਸ ਅਵੇਲੇਬਲ ਹੈ। ਸੋ ਆਈ ਹੋਪ ਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣਾ ਜੋ ਰੂਟੀਨ ਹੈ ਨਾ, ਜੋ ਤੁਹਾਡਾ ਮੈਥਡ ਹੈ, ਟਾਈਮ ਟੇਬਲ ਕਹਿ ਲਓ, ਉਹ ਬਣਾਉਣ 'ਚ ਮਦਦ ਕਰਨਗੀਆਂ ਕਿ ਕਿਸ ਤਰ੍ਹਾਂ ਆਪਾਂ ਅੱਗੇ ਵਧੀਏ ਕਿ ਆਪਾਂ ਪੇਪਰ ਕਲੀਅਰ ਕਰ ਲਈਏ। ਸੋ ਦੈਟਸ ਆਲ ਫੋਰ ਟੁਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।